दीदी आप ही साफ कर दो। रख दे सिमरन। मैं तो देनी है। नहीं कोई ना सिमरन, मैं मार दू फिर ना, पता तेन पता बेबे गुस्सा करूंगी। कोई गल नहीं, मैनू तो यही लगे विक्की के ब्याह तो बाद सिमरन मेरे नाल काम के हथ पटा दिया करूगी, पर बेबे नूं देख के मैनू नहीं लगता भी मेरे नाल कदे काम के हथ पटाऊगी। मेरे काम नहीं कदे भी करने, मैनू तो लगता मैं बेबे की नज़र च एक नौकरानी हूँ। मैनू तो कदे नूह वाला प्यार ना मिले, शायद ना मिलना, बस एक मेरे रंग करके। भागवान ने मेरी गल सुन, आ बड़ी नूह नी लाई रख दिया सारा दिन कम ते, छोटी नूह भी कह दिया कर माड़ा मोटा कर। क्यों कह छोटी नूह नू, मेरी इन्नी सोहनी नूह आ, मैं कोई काम करवावां उतो? क्यों जे वो काम कर लू फिर की होजूगी, जिदे दी बेचारी ए देखी आ ना बड़ी नूह घरे आई है ब्याह के, है बेड़ा मिट्टी दी कदे पैन नी दित्ती, घर लिशका मारदा गा। कर लैंदी आ कोई ना कम, पत्थर वर्गे तां दे हथ ने धो लिया करूगी भांडे। ਉਹ ਕੋਈ ਨੀ ਧੋ ਲਿਆ ਕਰੂਗੀ, ਨਾਲੇ ਆ ਤੇਰੇ ਆਉਣ ਤੇਰੀ ਛੋਟੀ ਨੂੰਹ ਦੇ ਆਉਣ ਤੋਂ ਪਹਿਲਾਂ ਇਹੀ ਘਰ ਸਾਂਭਦੀ ਸੀ, ਇਹੀ ਕੰਮ ਕਾਰ ਕਰਦੀ ਸੀ। ਆਹੋ ਇਹਦੇ ਸੜੇ ਹੋਏ ਹੱਥਾਂ ਦੀਆਂ ਰੋਟੀਆਂ ਖਾਣੀਆਂ ਪੈਂਦੀਆਂ ਸੀ ਮੈਨੂੰ। ਆਹੋ ਤੈਨੂੰ ਤਾਂ ਭਾਈ ਸੜੇ ਹੋਏ ਲੱਗਣੇ ਆ ਨਾ, ਹੁਣ ਆ ਕੇ ਛੋਟੀ ਬਹੂ ਆ ਗਈ, ਅੱਗੇ ਕੁੜੀ ਸੋਹਣੀ ਕੀ ਮਿਲ ਗਈ, ਉਹਨੂੰ ਸਾਰਾ ਦਿਨ ਦੇਖੀ ਜਾਂਦੀ ਆ ਬੈਠੀ। ਹੋਰ ਕਿਹਨੂੰ ਦੇਖਾਂ, ਇੰਨੀ ਸੋਹਣੀ ਮੇਰੀ ਨੂੰਹ ਆ, ਮੈਂ ਤਾਂ ਉਸੇ ਨੂੰ ਦੇਖੂ। ਤੂੰ ਛੱਡ ਆਪਣੀਆਂ ਗੱਲਾਂ, ਚੱਲ ਭਾਈ ਸਾਰਾ ਦਿਨ ਉਸੇ ਦੀ ਸਾਈਡ ਲਈ ਜਾਊ, ਉਸੇ ਦੀ ਸਾਈਡ ਲਈ ਜਾਊ। ਮਰਜ਼ੀ ਆ ਭਾਈ ਤੇਰੀ, ਪਿਆਰ ਘਰਾਂ ਦੇ ਵਿੱਚ ਪਿਆਰ ਬਣਾਉਣ ਦੀ ਕੋਸ਼ਿਸ਼ ਕਰ, ਦਰਾਣਾ ਪਾਣ ਦੀਆਂ ਗੱਲਾਂ ਨਾ ਕਰਿਆ ਕਰ। ਮੈਂ ਤਾਂ ਕੋਈ ਨਹੀਂ ਪਾਉਂਦੀ ਦਰਾਣਾ। ਨਾਲੇ ਮੇਰੀ ਗੱਲ ਸੁਣ, ਆ ਜਿੱਦੇ ਦੀ ਵੱਡੀ ਬਹੂ ਵਿਆਹ ਕੇ ਆਈ ਆ ਨਾ ਘਰੇ, ਹੈ ਸਾਰਾ ਕੁਝ ਆਪਾਂ ਨੂੰ ਮਿਲਦਾ ਗਾ, ਰੋਟੀ ਪਾਣੀ ਆਪਾਂ ਨੂੰ ਮੰਜੇ ਤੇ ਬੈਠਿਆਂ ਨੂੰ ਮਿਲਦੀ ਆ, ਜੂਠੇ ਭਾਂਜੇ ਆਪਣੇ ਮਾਲਦੀ ਆ, ਲੱਤਾਂ ਬਾਹਾਂ ਤੇਰੀਆਂ ਘੁੱਟਦੀ ਆ, ਹੋਰ ਦੱਸ ਕੀ ਚਾਹੀਦਾ ਤੈਨੂੰ? ਮੈਨੂੰ ਨਹੀਂ ਲੋੜ ਇਹਦੇ ਕੰਮਾਂ ਦੀ। ਤੂੰ ਆਪਦੀਆਂ ਮਨਮਾਨੀਆਂ ਛੱਡ ਦੇ, ਇਹ ਤੈਨੂੰ ਕਿਸੇ ਨਾ ਕਿਸੇ ਦਿਨ ਆ ਗੱਲ ਤੇ ਪਛਤਾਉਣਾ ਪੈ ਜਾਊਗਾ। ਹਾਂ ਤੇ ਨਾਲੇ ਤੂੰ ਇਹਦੀ ਸੂਰਤ ਘਣੀ ਨਾ ਬਾਰ ਬਾਰ ਜਾਇਆ ਕਰ, ਸੀਰਤ ਵੀ ਦੇਖ ਲਿਆ ਕਰ, ਹੈ ਬਾਕੀ ਭਾਈ ਮਰਜ਼ੀ ਆ ਤੇਰੀ। ਕੋਈ ਨੀ ਤੈਨੂੰ ਦੱਸੂਗਾ ਮੈਂ, ਪਤਾ ਲੱਗ ਜੂ ਤੈਨੂੰ ਸਾਰਾ। ਲੱਗ ਜੂ ਕੋਈ ਨਾ ਪਤਾ, ਜਿਆਦੇ ਆਪਦੀ ਨਹੀਂ ਮਾਰੀ ਜਾਊਗਾ। ਲੋ ਬੇਬੇ ਮੈਂ ਤੁਹਾਡੇ ਲਈ ਸੂਟ ਲੈ ਕੇ ਆਇਆ ਤਿੰਨਾਂ ਲਈ। ਲੈ ਭਾਬੀ ਆ ਜਾ ਨਾ ਸੂਟ ਦੇਖ ਲਾ, ਮੈਂ ਸੂਟ ਲੈ ਕੇ ਜਿਹੜਾ ਤੁਹਾਨੂੰ ਦੱਸ ਰਿਹਾ। ਹਾਂਜੀ ਬੇਬੇ ਆ ਜਾ ਪੁੱਤ ਲੈ ਸੂਟ ਤੇਰਾ, ਆ ਦੇ ਕਿੰਨਾ ਸੋਹਣਾ ਸੂਟ ਲਿਆ ਕੇ ਦਿੱਤਾ ਵਿੱਕੀ ਨੇ, ਆ ਦੇਖ ਲੈ ਪੁੱਤ, ਆ ਤਾਂ ਮੈਨੂੰ ਲਿਆ ਕੇ ਦਿੱਤਾ ਗਾ। ਲੈ ਭਾਬੀ ਤੂੰ ਵੱਡੀਆਂ ਪਹਿਲਾਂ ਤੂੰ ਪਸੰਦ ਕਰ, ਜਿਹੜਾ ਪਸੰਦ ਆ ਤੇਰੇ ਸੂਟ ਉਹ ਲੈ ਲਾ। ਮੇਰੀ ਤਾਂ ਪਸੰਦ ਆ ਬੇਬੇ। ਲੈ ਉਰਾ ਫੜਾ ਸੂਟ, ਕਹਿਣਾ ਤਾਂ ਨਹੀਂ ਚਾਹੀਦਾ ਸੀ ਨਵੀਂ ਵਿਆਹੀ ਬਹੂ ਦੇ ਮੂਹਰੇ, ਨਾਲੇ ਤੇਰੇ ਕਿੱਥੇ ਸੋਹਣਾ ਲੱਗੂ ਐ, ਖੱਟਾ ਖੱਟਾ ਐ ਲੱਗੂ ਜਿਵੇਂ ਸਰੋਂ ਚ ਝੋਟਾ ਵਾੜਿਆ ਹੁੰਦਾ ਗਾ। ਬੇਬੇ ਲੈ ਲੈਣ ਦੇ ਨੇ, ਉਹੀ ਸਾਰਾ ਦਿਨ ਕਿਉਂ ਬੋਲਦੀ ਰਹਿਣੀ ਆ ਭਾਬੀ ਨੂੰ? ਲੈ ਲੈਣ ਦੇ ਬੇਬੇ, ਮੇਰੇ ਕੋਲ ਇਹ ਰੰਗ ਹੈ ਨਹੀਂ ਗਾ, ਮੈਨੂੰ ਦੇ ਦੋ, ਮੈਨੂੰ ਬੜਾ ਸੋਹਣਾ ਲੱਗਦਾ। ਬਲਾਈ ਸੋਹਣਾ ਲੱਗੂਗਾ ਨਾ ਤੇਰੇ ਤੇ ਤਾਂ, ਨਾ ਹੁਣ ਖੜੀ ਕਿੱਥੇ ਮੇਰਾ ਮੂੰਹ ਦੇਖਦੀ, ਅੰਦਰ ਜਾ ਕੇ ਝਾੜੂ ਪੋਚਾ ਕਰ ਲੈ। ਲੈ ਸਿਮਰਨ ਪੁੱਤ ਬੈਠ ਇੱਥੇ। ਬੇਬੇ ਤੂੰ ਨੀ ਬਾਜ ਆਉਂਦੀ, ਸਾਰਾ ਦਿਨ ਉਹੀ ਗੱਲਾਂ ਤੋਂ ਲੜਦੀ ਰਹੀ ਇਹਨੂੰ। ਕੀ ਨੀ ਬਾਜ ਆਉਂਦੀ? ਮੈਨੂੰ ਤਾਂ ਐਂ ਡਰ ਲੱਗਿਆ ਰਹਿੰਦਾ ਵੀ ਤੇਰੀਆਂ ਆਹ ਗੱਲਾਂ ਕਰਕੇ ਕਿਤੇ ਸਿਮਰਨ ਦੇ ਮਨ ਚ ਵੀ ਨਾ ਫਿੱਕ ਪਵੇ। ਆਹੋ ਬਾਜ ਦੇ ਫਿੱਕ। ਲੈ ਪੁੱਤ ਆਹ ਸੂਟ ਤੂੰ ਉਸ ਮੈਂ ਆਲੀ, ਫਿਰ ਤਾਂ ਬਾਲਾ ਸੋਹਣਾ ਲੱਗੂ ਗੋਰੇ ਰੰਗ ਤੇ, ਉਹਦੇ ਕਾਲੀ ਦੇ ਕੀ ਲੱਗੂਗਾ ਸੋਹਣਾ। ਲੈ ਐਂ ਕਰ ਆਹ ਸੂਟ ਉਹਨੂੰ ਫੜਾਇਆ, ਉਸ ਮੈਂ ਆਲੂਗੀ ਪਰੇ, ਆਹ ਰੱਖੀ ਆਪਦਾ, ਆਹ ਫੜਾ ਦੇ ਉਹਨੂੰ। ਕੋਈ ਨਾ ਬੇਬੇ ਆ ਜਾਣ ਦੇ ਤੇ ਵੱਡੇ ਬਾਈ ਨੂੰ, ਮੈਂ ਉਹਨੂੰ ਕਹੂੰਗਾ ਵੀ ਭਾਬੀ ਨੂੰ ਤੂੰ ਬਾਹਰ ਹੀ ਲੈ ਜਾ, ਇੱਥੇ ਤਾਂ ਸਾਰਾ ਦਿਨ ਬੇਬੇ ਲੜਦੀ ਤੇ ਭਾਈ ਨੇ ਆਪਾਂ ਨੂੰ ਗੋਹਾ ਕੂੜਾ ਕਰਨ ਵਾਸਤੇ ਨਹੀਂ ਛੱਡਿਆ ਹੋਇਆ ਭਾਬੀ ਨੂੰ? ਆਹੋ ਛੱਡਿਆ ਹੋਇਆ, ਇਹਦੀ ਸ਼ਾਕਲ ਹੈਗੀ ਆ, ਪਹਿਲਾਂ ਮੈਨੂੰ ਐ ਦੱਸਿਆ ਦੀ ਸੂਰਤ ਦੇਖੀ ਹੈ ਤੇ ਬਾਹਰ ਜਾਣੀ ਨੀ ਲੱਗਦੀ ਹੈ ਤੈਨੂੰ, ਮੇਰਾ ਪੁੱਤਿਆ ਵੀ ਉੱਥੇ ਲੁਕਦਾ ਫਿਰਦਾ ਰਹੂਗਾ ਇਹਦੀ ਸ਼ਾਕਲ ਦੇਖ ਕੇ। ਹਾਂ ਆਪਦੇ ਦੋਸਤਾਂ ਚ ਬੈਠਣਾ ਉਹਨੇ, ਆਪਦੀ ਬੇਇੱਜ਼ਤੀ ਨਹੀਂ ਕਰਨੀ, ਕੰਮ ਉਹਨੇ ਦੀ ਬੰਦੇ ਦੀ ਸੂਰਤ ਵੀ ਦੇਖਣੀ ਚਾਹੀਦੀ ਆ। ਭਾਬੀ ਕਿੰਨੀ ਵਧੀਆ ਕਿ ਸਾਰਾ ਕੰਮ ਸੰਭਾਲਦੀ ਆ, ਘਰ ਦਾ ਸਾਰਾ ਕੰਮ ਕਰਦੀ ਆ। ਤੁਸੀਂ ਤਾਂ ਸਾਰਾ ਦਿਨ ਮੈਨੂੰ ਕਹਿੰਦੇ ਰਿਹਾ ਕਰੋ ਉਸੇ ਦੀ ਸਾਈਡ ਲਿਆ ਕਰੋ ਕਾਲੀ ਮਾਤਾ ਦੀ, ਇਹਨੂੰ ਦੇਖ ਲਈਏ। ਹਾਂ ਤੇਰਾ ਤਾਂ ਬੇਬੇ ਇਹੀ ਕੰਮ ਰਹਿਣਾ, ਆ ਬੰਦੇ ਤੇਰੇ ਮੂਰੇ ਹੱਥ, ਮੈਂ ਨਹੀਂ ਤੈਨੂੰ ਸਮਝਾ ਸਕਦਾ, ਤੈਨੂੰ ਤਾਂ ਸਮਝਾਉਣਾ ਹੀ ਬੇਕਾਰ ਆ। ਚੱਲ ਸਮਝਾਉਣਾ ਬੇਕਾਰ, ਮੈਨੂੰ ਟੱਬਰ ਸਾਰਾ ਮੈਨੂੰ ਹੀ ਕਹੀ ਜਾਂਦਾ, ਜੀ ਨਹੀਂ ਕਰਦਾ ਤੁਹਾਡੀਆਂ ਇਹ ਗੱਲਾਂ ਸੁਣ ਸੁਣ ਕੇ, ਜੀ ਨਹੀਂ ਕਰਦਾ ਤੇਰਾ। ਪਹਿਲਾਂ ਦਾ ਪਿਓ ਬੜਕ ਕੇ ਗਿਆ ਇੱਥੇ, ਹੁਣ ਇਹ ਮੰਡ ਗਿਆ, ਜ਼ਿਆਦੇ ਆਏ ਨੇ ਚੀਜ਼ ਤੇ, ਇਹ ਜੀ ਤੇ ਹੱਥ ਲਾਊਗੀ ਸੋਹਣੀ ਸਾਕਲ ਵਾਲੀ। ਜੇ ਮੇਰਾ ਰੰਗ ਕਾਲਾ ਤੇ ਮੇਰਾ ਕੀ ਕਸੂਰ ਹੈ? ਬੇਬੇ ਤਾਂ ਮੇਰੇ ਨਾਲ ਆਏ ਕਰਦੀ, ਜੇ ਮੈਂ ਇਸ ਘਰ ਦੀ ਕੁਛ ਲੱਗਦੀ ਹੋਣੀ। ਦੀਦੀ ਆ ਲੋ,
ਆ ਬੇਬੇ ਨੇ ਸੂਟ ਦਿੱਤਾ ਤੁਹਾਡੇ ਲਈ ਸਿਲਾ ਲਿਓ ਮੇਰੀ ਪਸੰਦ ਦੀ ਤਾਂ ਮੈਂ ਆਪਦੀ ਕੁਛ ਨਾ ਪਾਉਣ ਨੂੰ ਨਾ ਕਦੇ ਖਾਣ ਨੂੰ मेरी सिमरन धीता है नी काले हथा दे हथो नी मैं पानी पीनी मैं आप ही रसोई से चक के पानी पीनी पता नहीं केड़े कज्जर ने पानी डोलते इतने भी नहीं देख सकते भी किधर हो करूंगी तुरू फिरूगी बेबे मंगू तुरे फिरते रहेंगे अन्य मंगू नहीं तुरे फिरते रहेंगे डिग पी ना तेनू नहीं दिंदे और अन्नी हुई इथे गए सारे घरे कोई दिखता ही नहीं बेबे जी दीदी विक्की नूं फोन लाउणी आ हेलो विक्की कित्थे हो तुसी सत्त बजी अच्छा हुण किवें ने बेबे जी चलो ठीक है आ जाओ दस हुण बुढ़ी दस्सी आपां मैनू करना पऊगा एक होर टंटा छेड़ता मेरी जान नूं जे हुण मैनू कहता कम करन नूं तेनू पता ता है मैं कल मोही दे हथों किथे खांदी पींदी आ तू ता है नहीं सी मैं ता आप चक के पानी पीन लग गई उत्थे रसोई च रखी मैं ता की कहंदे डॉक्टर हुण डॉक्टर कहंदे भी नू एक महीना बेबे नू बैड रेस्ट दी लोड़ आ गई आपां नू एक महीना बेबे दी मंजे दी सेवा करनी पऊगी मेरी गल सुन लै पुत्त हुण तैनू कड़ा पता नहीं है भी मेरे सट लग गई है हुण महीना तैनी सेवा करनी पऊ तैनू पता तां हैगा ओह कल मूही दे हत्थों मैं किथे खानी आ हैं बेबे उई ना तो बोली जाकर पै जा कोई हुण तां टिक जा नाले सट खा लिया अबजे चल सिमरन हुण तूं रहि खड़ी ना रहि बेबे वास्ते कोई दलिया दुलिया बना के लिया अंदरों ठीक है ले बेबे पै जा हुण मैं तैनूं दवाई दवूई दिन्ना इन्ने आराम कर ला लै हुण बुढ़ी दा सिया पाट हो गया कदे दलिया बना कदे चौल बना कदे खिचड़ी बना मैं तां सीधा जवाब देना मेरे तो नहीं हुंदा हैगा इह काम लो बेबे जी दलिया खा लो पुत मैं इत्थे तां खादा नहीं आंदा तू आप ही खवा दे मेरे तां हथ नाल खादा जे नहीं आंदा हाय हाय पुत इन्ना स्वाद दलिया बनाउणी आ ते मैनू कल नूं वी पुत ही बना के दे दिया करी इन्ना स्वाद दलिया उहदे कल मुहे नूं तां कुछ नहीं आउंदा उह तां मचा के धर दिंदी आ कोई भी चीज बनावे कोई ना बेबे जी बना दिया करूंगी हे वाहेगुरु ਇਹੋ ਜਿਹੀਆਂ ਨੂੰਹਾਂ ਤਾਂ ਸਭ ਦੇ ਨਹੀਂ ਮੇਰੀ ਇੰਨੀ ਸਿਆਣੀ ਨੂੰਹ ਆਈ ਆ ਦੇਖ ਲਾ ਲੈ ਪੁੱਤ ਚੱਕ ਕੇ ਲੈ ਜਾ ਇਹਨੂੰ ਚਲੋ ਠੀਕ ਆ ਬੇਬੇ ਜੀ ਮੈਂ ਕੋਈ ਹੋਰ ਕੰਮ ਕਰਦੀ ਹਾਂ ਆਹੋ ਕੋਈ ਨਾ ਚਾਹ ਲੈ ਆਉਂਦੇ ਜੀ ਬਣ ਗਈ ਲਿਆਉਣੀ ਆ ਜੀ ਠੰਡ ਬਹੁਤ ਆ ਨਾ
ਹੋਰ ਤਾਂ ਬੇਬੇ ਠੀਕ ਆ? ਆਹੋ ਠੀਕ ਆ ਭਾਈ। ਲੋ ਬੇਬੇ ਚਾਹ ਪੀ ਲੋ। ਬਾਬੂ ਚਾਹ ਲੈ ਲੋ। ਹੋਰ ਭਗਵਾਨ ਠੀਕ ਆ ਹੁਣ? ਆਹੋ ਠੀਕ ਆ। ਬੋਲਿਆ ਕਰ ਇਸੇ ਕਰਕੇ ਤਾਂ ਹੁਣ ਸੋਚੇ ਵਾਲੀਆਂ ਤੇਰੇ ਹੁੰਦੇ ਥੋੜੇ ਕੰਮ ਕੁੰਮ ਜਿੱਦਣ ਦੀ ਆਈਆਂ, ਸਾਰੇ ਕੰਮ ਦੇ ਵਿੱਚ ਰੋਲ ਰੱਖੀ ਆ। ਨੌਕਰਾਣੀ ਬਣਾ ਕੇ ਰੱਖ ਰੱਖਿਆ ਮੈਨੂੰ ਇੱਥੇ, ਨੌਕਰਾਣੀ ਥੋੜੀ ਆ ਮੈਂ। ਮੈਥੋਂ ਨਹੀਂ ਹੁੰਦੇ ਥੋੜੇ ਕੰਮ, ਚੱਲੀ ਆਪਣੇ ਪੇਕੇ ਨੂੰ, ਮੈਥੋਂ ਨਹੀਂ ਹੁੰਦਾ ਤੁਹਾਡਾ ਕੰਮ। ਆ ਦੇਖ ਲਿਆ ਭਗਵਾਨ ਨੇ ਆਪਦੀ ਨਵੀਂ ਬਹੂ ਦੇ ਕਾਰਨਾਂ ਨੇ, ਹੈ ਉਹਦੀ ਖਾਤਰ ਸਾਰਾ ਸਾਰਾ ਦਿਨ ਵਿਚਾਰੀ ਆ ਵੱਡੀ ਬਹੂ ਨੂੰ ਬੋਲਦੀ ਰਹਿੰਦੀ ਸੀ, ਹੈ ਤੇ ਤੈਨੂੰ ਹੁਣ ਪਤਾ ਲੱਗ ਗਿਆ। ਆ ਉਹਦੀ ਸੂਰਤ ਤਾਂ ਤੈਨੂੰ ਦਿਸਦੀ ਰਹੀ ਤੇ ਇਹਦੇ ਸੀਰਤ ਕਦੇ ਤੈਨੂੰ ਨਜ਼ਰ ਨਾ ਆਈ, ਜਦੋਂ ਅੱਜ ਉਹਦੇ ਠੋਕਰ ਮਾਰੀ ਤੇ ਅੱਜ ਤੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਗਿਆ ਬਾਪੂ। ਹਾਂ ਬਾਲਾ ਸਿਰ ਤੇ ਚੜਾ ਰੱਖੀ ਸੀ, ਕਿਹਾ ਸੀ ਵਿੱਕੀ ਪੁੱਤੇ ਨੂੰ, ਆ ਮੇਰੀ ਭਾਬੀ ਨੂੰ ਵਿਚਾਰੀ ਨੂੰ ਗਰੀਬਣੀ ਨੂੰ ਰੋਜ਼ ਸਾਰਾ ਦਿਨ ਲੜਦੀ ਰਹਿੰਦੀ ਸੀਗੀ। ਵਿੱਕੀ ਪੁੱਤ ਮੈਂ ਇਹਨੂੰ ਕਿਹਾ ਸੀ ਵੀ ਤੂੰ ਇੱਕ ਨਾ ਇੱਕ ਦਿਨ ਪਛਤਾਏਗੀ ਤੇ ਅੱਜ ਸ਼ਾਇਦ ਇਹਨੂੰ ਆਪਦੀ ਗਲਤੀ ਦਾ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਵੀ ਕਿਵੇਂ ਬਾਲਾ ਕਿਸੇ ਨੂੰ ਲਾੜ ਲੜਾਈਏ ਤੇ ਉਹ ਕਿਵੇਂ ਆਪਦਾ ਆਪ ਰੂਪ ਦਿਖਾਉਂਦਾ। ਉਹ ਹਜੇ ਵੀ ਟਾਈਮ ਹੈਗਾ, ਦੇਖ ਲਾ। ਮੈਨੂੰ ਕੀ ਪਤਾ ਸੀ ਉਹ ਇਹੋ ਜਿਹੀ ਨਿਕਲ ਜੂ ਉਰੇ ਆ ਪੁੱਤਾ, ਮਨ ਮੈਨੂੰ ਕੀ ਪਤਾ ਸੀ ਮੈਂ ਕਿਉਂ ਤੇਰੇ ਨਾਲ ਐ ਕੀਤਾ, ਮੈਨੂੰ ਨਹੀਂ ਸੀ ਪਤਾ ਮੇਰੀ ਧੀ ਨਾਲ ਮੈਂ ਕਰੂੰਗੀ। ਮੇਰੀ ਇੰਨੀ ਸਿਆਣੀ ਧੀ ਸੀ, ਮੈਂ ਉਹ ਸੋਹਣੀ ਸੂਰਤ ਵਾਲੀ ਦੇ ਮਗਰ ਲੱਗ ਕੇ ਮੈਂ ਇੰਨੀ ਸੋਹਣੀ ਆਪਦੀ ਧੀ ਵਰਗੀ ਨੂੰ ਹੈ ਇੰਨਾ ਬੁਰਾ ਇੰਨਾ ਸਲੂਕ ਗਲਤ ਕੀਤਾ ਇਹਦੇ ਨਾਲ, ਧੀਏ ਮੈਨੂੰ ਮਾਫ ਕਰ ਦੀ। ਨਹੀਂ ਬੇਬੇ ਕੋਈ ਗੱਲ ਨੀ, ਤੁਸੀਂ ਮੇਰੀ ਮਾਂ ਵਰਗੀ ਹੋ, ਮੈਂ ਤੁਹਾਨੂੰ ਮਾਫ਼ੀ ਦੇਣ ਦੀ ਕੋਈ ਮੈਂ ਐਡੀ ਵੱਡੀ ਨੀ ਹੈਗੀ ਜਿਹੜੀ ਮੈਂ ਤੁਹਾਨੂੰ ਮਾਫ਼ ਕਰੂੰਗੀ। ਪੁੱਤ ਤੂੰ ਤਾਂ ਮੈਨੂੰ ਮਾਂ ਕਹਿਤਾ, ਮੈਂ ਨੀ ਨਾ ਤੈਨੂੰ ਧੀ ਸਮਝਿਆ ਸੀ। ਬੇਬੇ ਮੈਂ ਤਾਂ ਉਸ ਦਿਨ ਦੀ ਤੈਨੂੰ ਆਪਣੀ ਮਾਂ ਸਮਝਦੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੀ। ਅਤੇ ਬਾਕੀ ਇਸ ਵੀਡੀਓ ਵਿੱਚ ਮੈਸੇਜ ਜੀ ਕਿ ਸਾਨੂੰ ਸੋਹਣੀਆਂ ਸੂਰਤਾਂ ਦੇ ਮਗਰ ਨਹੀਂ ਜਾਣਾ ਚਾਹੀਦਾ ਜੀ, ਸਾਨੂੰ ਸੋਹਣੇ ਦਿਲ ਵਾਲਿਆਂ ਦੀ ਕਦਰ ਕਰਨੀ ਚਾਹੀਦੀ ਹੈ, ਨਾ ਸੋਹਣੀਆਂ ਸੂਰਤਾਂ ਵਾਲਿਆਂ ਦੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖੀ। ਬਾਕੀ ਜਿਹੜੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ, ਉਹਨਾਂ ਦੇ ਨਾਮ ਨੇ ਸੁਖਦੇਵ ਸਿੰਘ, ਕਰਨਪ੍ਰੀਤ ਰਾਜਪੂਤ ਜੀ, ਗੱਗੂ ਹਰੀਕੇ, ਸਿਮਰਨਦੀਪ ਸਿੰਘ, ਅਰਸ਼ ਗਿੱਲ, ਜਤਿੰਦਰ ਮੋਹਾਲੀ, ਹਰਗੁਣ ਕੌਰ, ਬਾਲਪ੍ਰੀਤ ਸਿੰਘ, ਨੂਰਪ੍ਰੀਤ ਕੌਰ, ਪਲਕਪ੍ਰੀਤ, ਅਮਨਪ੍ਰੀਤ ਕੌਰ, ਇਰਫਾਨ ਅਲੀ, ਦਲਵਿੰਦਰ ਕੌਰ, ਅਤੇ ਪ੍ਰਭ ਬਰਾੜ, ਕਾਲਾ ਕੁੱਖਰ, ਤੇਜ ਬਰਾੜ, ਬੇਅੰਤ ਸਿੰਘ, ਰਾਹੁਲ ਬੇਪਰ, ਸੋਨੂ ਸਿੰਘ, ਗੁਰਸੇਵਕ ਸਿੰਘ, ਦੀਪ ਸ਼ਰਨ, ਐਸ ਸੀ ਢਿੱਲੋਂ। ਥੈਂਕ ਯੂ ਜੀ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਨ ਲਈ। ਔਰ ਜਿਨ੍ਹਾਂ ਦਾ ਇਸ ਵੀਡੀਓ ਵਿੱਚ ਨਾਮ ਨਹੀਂ ਆਇਆ, ਨੈਕਸਟ ਵੀਡੀਓ 'ਚ ਉਹਨਾਂ ਦਾ ਜ਼ਰੂਰ ਨਾਮ ਲਵਾਂਗੇ।